ਜਦੋਂ ਆਪਣੇ ਘਰ 'ਚ ਵਿਆਹ ਹੁੰਦਾ ਵਾ, ਚਾਹੇ ਆਪਾਂ ਕੁੜੀ ਵਾਲੇ ਪਾਸੇ ਹਾਂ ਚਾਹੇ ਆਪਾਂ ਮੁੰਡੇ ਵਾਲੇ ਪਾਸੇ ਹਾਂ, ਜਦੋਂ ਆਪਾਂ ਕੁੜੀ ਵਾਲੇ ਪਾਸੇ ਜਾਂਦੇ ਹਾਂ, ਆਪਾਂ ਨੂੰ ਸਭ ਤੋਂ ਬੜੀ ਟੈਨਸ਼ਨ ਕੀ ਹੁੰਦੀ ਹੈ ਕਿ ਬਰਾਤ ਦੀ ਸੇਵਾ 'ਚ ਕੋਈ ਕਮੀ ਨਾ ਰਹੇ। ਜਦੋਂ ਆਪਾਂ ਮੁੰਡੇ ਵਾਲੇ ਪਾਸੇ ਹੁੰਦੇ ਹਾਂ, ਆਪਾਂ ਨੂੰ ਐਂ ਹੁੰਦਾ ਵਾ ਕਿ ਆਪਾਂ ਟਾਈਮ ਨਾਲ ਪਹੁੰਚੀਏ, ਸਾਰੇ ਕਾਰਜ ਟਾਈਮ ਨਾਲ ਹੋਣ ਅਤੇ ਕੋਈ ਲੜਾਈ ਝਗੜਾ ਨਾ ਹੋਵੇ, ਸਾਰਾ ਕੁਛ ਵਧੀਆ ਨਿਬੜ ਜੇ। ਇਹ ਸਭ ਤੋਂ ਬੜੀ ਟੈਨਸ਼ਨ ਨਹੀਂ ਹੈਗੀ। ਸਭ ਤੋਂ ਬੜੀ ਟੈਨਸ਼ਨ ਹੁੰਦੀ ਆ ਵਿਆਹਾਂ ਵੇਲੇ ਬੁੜੀਆਂ ਅਤੇ ਕੁੜੀਆਂ ਦੇ ਭਾਈ ਸੂਟ ਪੂਰੇ ਕਰਨੇ। ਕਈ ਵਾਰੀ ਤਾਂ ਇੱਦਾਂ ਹੁੰਦਾ ਵਾ ਕਿ ਉੱਧਰੋਂ ਜੰਨ ਚੜ੍ਹਨਾ ਹੁੰਦਾ ਵਾ, ਉੱਧਰੋਂ ਕਿਸੇ ਕੁੜੀ ਦਾ ਜਾਂ ਬੁੜੀ ਦਾ ਸੂਟ ਫੜ ਕੇ ਲਿਆਉਣਾ ਪੈਂਦਾ ਵਾ। ਕਈ ਵਾਰੀ ਕੀ ਹੁੰਦਾ ਵਾ ਕਿ ਜਦੋਂ ਸਮਝ ਲਾ ਵੀ ਇੱਕ ਭਾਬੀ ਸੂਟ ਜਾ ਕੇ ਪਹਿਲਾਂ ਹੀ ਲੈ ਆਈ, ਤਾਂ ਭਾਈ ਬਾਕੀ ਉਹਦੀਆਂ ਦਰਾਣੀਆਂ ਜਠਾਣੀਆਂ ਭੈਣਾਂ ਨੂੰ ਇਹ ਟੈਨਸ਼ਨ ਹੋ ਜਾਂਦੀ ਹੈ, ਭਾਈ ਉਹ ਤਾਂ ਲੈ ਆਈ, ਮੈਂ ਤਾਂ ਰਹਿ ਗਈ, ਉਹ ਤਾਂ ਉੱਥੋਂ ਲੈ ਕੇ ਆਈ ਹੈ, ਮੈਂ ਵੀ ਉੱਥੋਂ ਹੀ ਲੈ ਕੇ ਆਉਣੀ ਆ, ਉਹ ਤਾਂ ਇੰਨੇ ਦਾ ਲੈ ਕੇ ਆਈ ਹੈ, ਭਾਈ ਮੈਂ ਤਾਂ ਇੰਨੇ ਦਾ ਹੀ ਲੈ ਕੇ ਆਉਣਾ ਵਾ। ਹੁਣ ਪਵਨ ਨੂੰ ਪਿਛਲੇ ਆਪਣੇ ਕਹਿ ਲਓ ਵੀ 5-7 ਦਿਨ ਹੋ ਗਏ, ਅਸੀਂ ਚੱਲ ਹਰ ਰੋਜ਼ ਸਵੇਰੇ ਲੱਗ ਜਾਂਦੀ ਆ, ਮੈਂ ਸੂਟ ਆਹ ਲੈ ਲਾਂ, ਭਾਬੀ ਤਾਂ ਲੈ ਵੀ ਆਈ, ਮੈਂ ਆਹ ਲੈ ਲਾਂ, ਭੈਣ ਵੀ ਲੈ ਆਈ, ਮੈਂ ਇਕੱਲੀ ਰਹਿ ਗਈ, ਸਾਰਿਆਂ ਨੇ ਬਣਨੇ ਦਿੱਤੇ, ਬਾਹਰਲੇ ਨੇ ਬਣਨੇ ਦਿੱਤੇ, ਮੈਂ ਰਹਿ ਗਈ। ਇੰਨੀ ਟੈਨਸ਼ਨ ਸਵੇਰ ਤੋਂ ਲੈ ਕੇ ਹੁਣ 3 ਦਿਨ ਬਿਮਾਰ ਰਹੀ ਆ, ਸਵੇਰ ਤੋਂ ਲੈ ਕੇ ਸ਼ਾਮ ਤੱਕ ਜਿਉਂ ਦੇਖਣ ਲੱਗਦੀ ਆ ਸੂਟ। ਤੇ ਅੱਜ ਕੱਲ੍ਹ ਇੱਕ ਰਿਵਾਜ ਹੋਰ ਚੱਲ ਪਿਆ ਆਨਲਾਈਨ ਸ਼ੋਪਿੰਗ ਵਾਲਾ, ਜਮਾਂ ਹੀ ਸੌਖਾ ਕਰਤਾ 15 ਨੇ। ਅੱਗੇ ਚੱਲ ਦੁਕਾਨਾਂ ਦੁਕਾਨਾਂ ਜਾਣਾ ਹੁੰਦਾ ਸੀ, ਬੰਦਾ ਕਦੇ ਕਦੇ ਜਾਂਦਾ ਸੀਗਾ, ਹੁਣ ਘਰੇ ਬੈਠੇ ਚੱਕ ਦੋ, ਆਹ ਸਹੀ ਆ, ਫਿਰ ਨਾਲ ਦੇ ਜਦੀ ਫੋਟੋ ਵੀ ਭੇਜ ਦਿੰਦੀਆਂ ਨੇ, ਆਹ ਠੀਕ ਆ, ਤੇ ਬਾਕੀ ਚਾਹੀਦਾ ਵੀ ਰਾਏ ਵੀ ਲੈਣੀ ਹੁੰਦੀ ਆ, ਵੀ ਜਿਹੜਾ ਅੱਗੇ ਮਿਲਣਾ ਤੇ ਇਕੱਠੀਆਂ ਹੋ ਕੇ ਜਾਂਦੀਆਂ ਸੀਗੀਆਂ, ਹੁਣ ਫੋਨਾਂ ਤੇ ਇਕੱਠੀਆਂ ਹੋ ਜਾਂਦੀਆਂ, ਉਹਨਾਂ ਦੇ ਗਰੁੱਪ ਬਣਾ ਲਿਆ, ਦੱਸਿਓ ਕਿਹੜੇ ਆ ਸੂਟ। ਬਾਕੀ ਆਪਾਂ ਜੇ ਕੁੜੀ ਵਾਲੇ ਪਾਸੇ ਹਾਂ, ਸਭ ਤੋਂ ਬੜੀ ਟੈਨਸ਼ਨ ਹੁੰਦੀ ਆ ਵੀ ਕੁੜੀ ਦਾ ਲਹਿੰਗਾ ਲੈ ਦੋ ਪਹਿਲਾਂ, ਬਾਕੀ ਗੱਲਾਂ ਰਹਿਣ ਦੋ, ਹਲਵਾਈ ਨਹੀਂ ਪੁੱਛਣਾ ਆਪਾਂ, ਪਹਿਲਾਂ ਲਹਿੰਗਾ ਜ਼ਰੂਰੀ ਆ, ਪਰ ਕਈ ਕਈ ਪਸੰਦ ਦਾ ਨਹੀਂ ਮਿਲਦਾ, ਬਣਵਾਉਣਾ ਵੀ ਪੈ ਜਾਂਦਾ। ਲਹਿੰਗੇ ਤੋਂ ਯਾਦ ਆਇਆ, ਪਵਨ ਹੋਣੀ ਕੱਲ ਗਿਆ ਸੀ ਤੁਸੀਂ ਪਰਸੋਂ, ਅੱਜ ਦਾ ਪਲਾਨ ਇਹ ਆ, ਅੱਜ ਆਪਾਂ ਚੱਲੇ ਆ ਬ੍ਰਾਈਡਲ ਦਾ ਲਹਿੰਗਾ ਸਿਲੈਕਟ ਕਰਨ ਜਗਰਾਵਾਂ ਨੂੰ। ਪਿੰਦਰ ਤੇ ਰਣਸ਼ੇਰ ਰਹਿਣਗੇ ਘਰੇ, ਮੈਂ, ਮੇਰੀਆਂ ਦੋਨੇ ਕਜ਼ਨ ਤੇ ਮੇਰਾ ਬ੍ਰਦਰ ਮਤਲਬ ਵਰਿੰਦਰ, ਆਪਾਂ ਚਾਰੋਂ ਜਾਣੇ ਚੱਲੇ ਆ ਜਗਰਾਵਾਂ ਨੂੰ। ਸੋ ਹੁਣ ਉਹ ਤੁਰ ਪਏ ਕਰੋ, ਤੇ ਮੈਂ ਜਦ ਤੱਕ ਰੋਟੀ ਖਾ ਕੇ ਆਪਦੀ ਦਵਾਈ ਲੈ ਲਵਾਂ, ਮਾੜੀ ਜਿਹੀ ਮੇਰੀ ਆਵਾਜ਼ ਨਿਕਲ ਆਵੇ। ਰੋਟੀ ਪਾਣੀ ਆਪਾਂ ਖਾ ਲਿਆ, ਵਰਿੰਦਰ ਹੋਣੀ ਸਾਰੇ ਥੱਲੇ ਆ ਗਏ, ਤੇ ਹੁਣ ਆਪਾਂ ਚੱਲੀਏ, ਥੋੜ੍ਹਾ ਲੇਟ ਹੋ ਗਏ ਆ। ਨਾ ਨਾ ਸਿਦਕ ਨੇ ਵੀ ਨਾ ਮੈਚਿੰਗ ਕਰਨੀ ਆ ਉਹਦੀ ਮਾਸੀ ਨਾਲ, ਤੂੰ ਕਿਹੜਾ ਲਹਿੰਗਾ ਲੈਣਾ ਵਾ? ਕਹਿੰਦੀ ਮਾਸੜ ਦੇ ਤਾਂ ਮੈਂ ਆਪਦੇ ਤੇ ਯੈਲੋ ਪਵਾਉਣਾ ਵਾ, ਮਾਸੀ ਦੇ ਰੈੱਡ ਪਵਾਉਣਾ, ਮਾਸੀ ਦੇ ਰੈੱਡ ਪਵਾਉਣ ਐਂਡ ਮੰਮਾ ਦੇ ਪਵਾਉਣਾ ਪਿੰਕ ਪਿੰਕ। ਤੂੰ ਕਿਹੜਾ ਪਵਾਉਣਾ ਵਾ? ਰੈੱਡ। ਅੱਛਾ, ਮੈਂ ਕਿਹੜਾ ਪਾਵਾਂ? ਪਵਨ ਮਾਸੀ ਕਿਹੜਾ ਪਾਵੇ? ਬਲੂ ਹੈ। ਚੱਲ ਠੀਕ ਹੈ, ਇਸ ਵਾਰੀ ਮੈਂ ਕੁਛ ਬਲੂ ਹੀ ਲਊਂਗੀ, ਵੀ ਸਿਦਕ ਨੇ ਕਿਹਾ ਮੈਂ ਬਲੂ ਪਾਵਾਂ। ਓਕੇ ਜੀ, ਠੀਕ ਹੈ, ਫਿਰ ਤੂੰ ਵੀ ਬਲੂ ਪਾ ਲਈ ਮੇਰੇ ਨਾਲ ਮੈਚ ਕਰ ਲਈ। ਓਕੇ ਹਾਂਜੀ, ਠੀਕ ਆ। ਬਲੂ ਚਾਹੀਦਾ ਹੋਗਾ। ਓਕੇ ਓਕੇ, ਡਨ ਡਨ, ਪਿੰਕੀ ਪ੍ਰੋਮਿਸ, ਪਿੰਕੀ ਪ੍ਰੋਮਿਸ, ਯੈਸ। ਲਹਿੰਗਾ ਆਪਣਾ ਡਨ ਹੋ ਗਿਆ, ਤੇ ਹੁਣ ਆਪਾਂ ਰੁਕੇ ਸੀ ਰਾਜੇ ਢਾਬੇ ਤੇ, ਅਸੀਂ ਤਾਂ ਉੱਥੇ ਫਿਰ ਵੀ ਸੈਂਡਵਿਚ ਵਗੈਰਾ ਖਾ ਲਏ ਸੀਗੇ। ਵਰਿੰਦਰ ਨੇ ਕੁਛ ਨੀ ਖਾਧਾ, ਬਸ ਜੂਸ ਹੀ ਪੀਤਾ ਸੀਗਾ। ਉਹ ਬੇਚਾਰਾ 3-4 ਘੰਟੇ ਗੱਡੀ 'ਚ ਬੈਠਾ ਰਿਹਾ, ਹੁਣ ਸੋਚਿਆ ਇੱਥੇ ਰਾਜੇ ਢਾਬੇ ਦੇ ਕੁਛ ਹਲਕਾ ਫੁਲਕਾ ਖਾ ਲਈਏ, ਤੇ ਫਿਰ ਆਪਾਂ ਚੱਲੀਏ ਘਰ ਨੂੰ। ਅੱਜ ਤਾਂ ਮੇਰੀ ਆਵਾਜ਼ ਦੀ ਬੈਂਡ ਬੋਲੀ ਪਈ। ਤੁਸੀਂ ਕੀ ਖਾਣਾ? ਇੰਨਾ ਕੁਛ ਖਾ ਲੇਗਾ? ਤੂੰ ਤਾਂ ਗੱਡੀ ਚ ਉਤਰਦੀ ਕਹਿੰਦੀ ਸੀ ਮੇਰੀ ਤਾਂ ਭੁੱਖ ਮਰ ਗਈ। ਹਾਂਜੀ, ਪਰ ਮੈਨੂੰ ਅੱਛਾ ਸਾਨੂੰ ਓਰੀਓ ਦੀ ਹਾਂਜੀ ਇੰਨਾ ਕੀ ਭੁੱਖ ਮੇਰੀ ਮਰੀ ਨਹੀਂ। ਓਕੇ, ਕਹਿੰਦੀ ਮੇਰੀ ਇੰਨੀ ਕੁ ਭੁੱਖ ਨਹੀਂ ਮਰੀ, ਬਸ ਇਹਨੂੰ ਹੁਣ ਸ਼ੇਕ ਦਿੰਦਾ ਓਰੀਓ ਸ਼ੇਕ। ਇੱਥੇ ਖੜ ਜਾ ਤੂੰ ਕਿੱਡੀ ਜੀ। ਲੋ ਵੀ ਅਸੀਂ ਖਾ ਪੀ ਲਿਆ, ਤੂੰ ਇੰਨਾ ਟਾਈਮ ਬੜਾ ਬੋਰ ਤਾਂ ਨਹੀਂ ਹੋਇਆ? ਨਹੀਂ, ਠੀਕ ਜੀ। ਓ ਸਿਦਕਾ ਦੀ
ਸਪੈਸ਼ਲ ਟਿਪ ਹੀ ਠੀਕ ਰਿਹਾ ਠੀਕ ਰਿਹਾ ਇੰਜੋਏ ਕੀਤਾ ਗੱਡੀ ਦੇ ਬੈਠ ਕੇ ਪੂਰਾ ਜਾਇ ਦਾ ਗਾਲਾ ਕੀਤਾ ਜਾਇ ਦਾ ਗਾਲਾ ਕੀਤਾ ਚਲੋ ਵੀ ਹੁਣ ਆਪਾਂ ਚੱਲੀਏ ਘਰ ਨੂੰ ਕਿਉਂਕਿ ਲੇਟ ਹੋ ਗਏ ਬਾਹਰ ਹਨੇਰਾ ਹੋ ਚੱਲਿਆ ਹੈਗਾ ਬੱਤ ਹਾਂ ਇਧਰ ਨਾ ਡੈਕੋਰੇਸ਼ਨ ਬਹੁਤ ਸੋਹਣੀ ਕੀਤੀ ਹੈ ਇੱਥੇ ਜਦੋਂ ਇਹਨਾਂ ਦੇ ਸੂਟਾਂ ਦੀ ਸ਼ਾਪਿੰਗ ਹੋਈ ਜਾਂਦੀ ਹੈ ਉਹਦੇ ਨਾਲ ਐਂ ਹੋ ਜਾਂਦਾ ਲੈ ਵੀ ਹੁਣ ਵਿਆਹ ਦੀ ਅੱਧੀ ਤਿਆਰੀ ਤਾਂ ਹੋ ਗਈ ਹੁਣ ਤੁਸੀਂ ਸੋਚੋਗੇ ਵੀ ਉਦੋਂ ਬੱਚੇ ਸੋਚਣਗੀਆਂ ਵੀ ਲੈ ਵੀ ਹੁਣ ਅਸੀਂ ਆਪਾਂ ਘਰ ਦੇ ਕੰਮ ਕਰ ਕਰਾ ਦਈਏ ਵੀ ਹੁਣ ਆਪਾਂ ਦੇਖੀਏ ਵੀ ਆਪਣੇ ਘਰੇ ਕੀ ਕੀ ਬਣਿਆ ਵਾ ਆਪਾਂ ਕਿੱਥੇ ਜਾਣਾ ਵਾ ਆਪਣੇ ਜਾਣ ਵਾਲਿਆਂ ਨੇ ਕਿਵੇਂ ਆਉਣਾ ਵੀ ਉਹਦੇ ਬਾਰੇ ਸੋਚਣਗੇ ਨਾ 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 ਉਦੋਂ ਬਾਅਦ ਚ ਯਾਰ ਨਹੁੰ ਲਵਾਉਣੀ ਸੀ ਹੈ ਉਹ ਯਾਰ ਫਲਾਨਾ ਮੇਕਅਪ ਹੈ ਨਹੀਂ ਮੇਰੇ ਕੋਲ ਉਹ ਯਾਰ ਆਪਾਂ ਉੱਥੋਂ ਬਾਲ ਸਟੇਟ ਕਰਾ ਕੇ ਆਉਣੇ ਆ ਤੇ ਆਪਾਂ ਵਿਆਹ ਵਾਲੇ ਦਿਨ ਇੱਥੋਂ ਤਿਆਰ ਹੋਵਾਂਗੇ ਤੇ ਜਾਗੋ ਵਾਲੇ ਨਾਲ ਆਪਾਂ ਇੱਥੋਂ ਤਿਆਰ ਹੋਵਾਂਗੇ ਬਈ ਫਿਰ ਉਹ ਕੰਮ ਸ਼ੁਰੂ ਹੋ ਜਾਂਦਾ ਫਿਰ ਬਾਲ ਸਟ੍ਰੇਟਨਰਾਂ ਬਾਲ ਸਮੂਥਨਿੰਗਾਂ ਹੁਣ ਆ ਬਾਲਾਂ ਦੀ ਗੱਲ ਹੋ ਚਿੱਤੀ ਆਈ ਇਹ ਪਵਨ ਪਿਛਲੇ 3-4 ਦਿਨ ਤੋਂ ਨਹੀਂ ਪਿਛਲੇ 20-25 ਦਿਨ ਤੋਂ ਕਿਉਂ 3-4 ਦਿਨ ਤੇ ਬਿਮਾਰੀ ਹੈ ਇਹ ਫਿਰ ਹੀ ਟੱਕਰਾਂ ਦਾ ਮਾਰਦੀ ਸੀ ਇਹ ਆਪਦੇ ਨਾ ਘਰੇ ਹੀ ਹੇਅਰ ਸਟਾਈਲ ਬਣਾਉਣਾ ਸਿੱਖਦੀ ਹੈ ਪਹਿਲਾਂ ਉਹ ਵੀ ਦੇਖ ਲਓ ਇਹਨੇ ਇੱਕ ਚੀਜ਼ ਜੀ ਮੰਗਾਈ ਸੀ ਹੁਣ ਪਤਾ ਨਹੀਂ ਵਰਤੋਂ ਪਤਾ ਨਹੀਂ ਵਰਤੋਂ ਪਰ ਮੰਗਾ ਲਈ ਜਦੋਂ ਵੀ ਅਸੀਂ ਕਿਤੇ ਬਾਹਰ ਅੰਦਰ ਜਾਂਦੇ ਹਾਂ ਮੈਨੂੰ ਕੁਛ ਕੁੜੀਆਂ ਦੇ ਹੀ ਕਮੈਂਟ ਆਉਂਦੇ ਆ ਵੀ ਤੁਸੀਂ ਆਪਦੇ ਬਾਲ ਨੂੰ ਸਟਾਈਲ ਕਿਉਂ ਨਹੀਂ ਕਰਦੇ ਸਿੰਪਲ ਕਿਉਂ ਰੱਖਦੇ ਹੋ ਬਾਲਾਂ ਨੂੰ ਸਟਾਈਲ ਕਰਨਾ ਮੇਰੇ ਲਈ ਬੜਾ ਹੀ ਟਾਈਮ ਕੰਜ਼ਿਊਮਿੰਗ ਪ੍ਰੋਸੈਸ ਆ ਪਹਿਲਾਂ ਬਾਲਾਂ ਨੂੰ ਡਰਾਇਰ ਕਰੋ ਫਿਰ ਸਟ੍ਰੇਟ ਕਰੋ ਫਿਰ ਨਾਲ ਦੀ ਨਾਲ ਸਟਾਈਲ ਵੀ ਕਰੋ ਤੇ ਨਾਲੇ ਜਦੋਂ ਆਪਾਂ ਬਾਹਰ ਅੰਦਰ ਜਾਈਦਾ ਨਾਲ ਚੀਜ਼ਾਂ ਕੈਰੀ ਕਰਨੇ ਵੀ ਬੜੀਆਂ ਔਖੀਆਂ ਨੇ ਡਰਾਇਰ ਤਾਂ ਸਾਡੇ ਕੋਲੇ ਮੋਸਟਲੀ ਹੁੰਦੀ ਆ ਮੈਨੂੰ ਇਦਾਂ ਦਾ ਵੀ ਸਟ੍ਰੇਟਨਰ ਕਿੱਥੇ ਚੱਕੂਗੀ ਕਿਵੇਂ ਸਾਂਭੂਗੀ ਆਪਾਂ ਆਪਦੀ ਇਸ ਪ੍ਰੋਬਲਮ ਦਾ ਇੱਕ ਸੋਲੂਸ਼ਨ ਲੱਭ ਲਿਆ ਵਾ ਮੈਂ ਮੰਗਾਇਆ ਵਾ ਅਗਾਰੋ ਦਾ ਵੋਲੂਮਾਈਜ਼ਰ ਹੇਅਰ ਡਰਾਇਰ ਜਿਹੜਾ ਕਿ 2-in-1 ਆ ਇਹ ਤੁਹਾਡੇ ਬਾਲਾਂ ਨੂੰ ਡਰਾਈ ਵੀ ਕਰਦਾ ਤੇ ਸਟਾਈਲ ਵੀ ਕਰਦਾ ਚਾਹੇ ਤੁਸੀਂ ਬਾਲ ਸਟ੍ਰੇਟ ਕਰ ਲਓ ਚਾਹੇ ਤੁਸੀਂ ਬਾਲ ਕਲਰ ਕਰ ਲਓ ਆ ਸੱਚ ਇੱਕ ਗੱਲ ਇਹ ਸਟ੍ਰੇਟਨਰ ਦੀ ਰਿਪਲੇਸਮੈਂਟ ਨਹੀਂ ਹੈਗਾ ਬਟ ਕੁਝ ਟਾਈਮ ਲਈ ਇਹ ਤੁਹਾਡੇ ਬਾਲਾਂ ਨੂੰ ਸਟ੍ਰੇਟ ਰੱਖ ਸਕਦਾ ਵਾ ਤੁਸੀਂ ਦੇਖਿਆ ਹੋਣਾ ਜਦੋਂ ਆਪਾਂ ਸਲੂਨ ਜਾਂਦੇ ਆ ਆਪਣੇ ਮੋਸਟਲੀ ਹੇਅਰ ਸਟਾਈਲ ਬਲੋ ਡਰਾਇਰ ਨਾਲ ਹੀ ਕੀਤੇ ਜਾਂਦੇ ਆ ਜਦੋਂ ਮੈਂ ਵੀ ਸਮੂਥਨਿੰਗ ਕਰਾਈ ਸੀ ਉਹਨਾਂ ਨੇ ਮੈਨੂੰ ਕਿਹਾ ਸੀਗਾ ਵੀ ਤੁਸੀਂ ਹੈਡ ਵਾਸ਼ ਕਰਕੇ ਬਲੋ ਡਰਾਇਰ ਕਰਿਆ ਕਰਨੇ ਆ ਫਿਰ ਮੇਰੇ ਦਿਮਾਗ 'ਚ ਆਇਆ ਵੀ ਮੇਰੇ ਕੋਲ ਤਾਂ ਬਲੋ ਡਰਾਇਰ ਹੈ ਨਹੀਂ ਇਸ ਲਈ ਆਪਾਂ ਇਹ ਬਲੋ ਡਰਾਇਰ ਆਰਡਰ ਕੀਤੀ ਤੇ ਹੁਣ ਇਹਦੇ ਕੀ ਫਾਇਦੇ ਨੇ ਤੁਹਾਨੂੰ ਉਹ ਦੱਸਦੇ ਆ ਇਹਦੇ ਵਿੱਚ ਤੁਹਾਨੂੰ 3 ਹੀਟ ਸੈਟਿੰਗ ਮਿਲਦੀਆਂ ਨੇ ਕੂਲ ਹੌਟ ਤੇ ਸੁਪਰ ਹੌਟ ਇਹਦਾ ਸੈਰਾਮਿਕ ਟਰਮਾਲਾਈਨ ਕੋਟਿੰਗ ਬ੍ਰਸ਼ ਹੈਡ ਆ ਜਿਹੜਾ ਕਿ ਇਨਸ਼ੋਰ ਕਰਦਾ ਤੁਹਾਡੇ ਹੇਅਰ ਡੈਮੇਜ ਨਾ ਹੋਣ ਤੇ ਇੱਕ ਗੱਲ ਦਾ ਧਿਆਨ ਰੱਖਣਾ ਜਦੋਂ ਤੁਸੀਂ ਇਹਨੂੰ ਯੂਜ਼ ਕਰਨਾ ਤੁਹਾਡੇ ਹੇਅਰ 75% ਡਰਾਈ ਹੋਣੇ ਚਾਹੀਦੇ ਆ ਗਿੱਲੇ ਵਾਲਾਂ ਦੇ ਨਹੀਂ ਇਹਨੂੰ ਆਪਾਂ ਯੂਜ਼ ਕਰਨਾ ਇਹਦੇ ਵਿੱਚ 3 ਕਲਰ ਆਉਂਦੇ ਆ ਬਲੈਕ ਬਲੈਕ ਐਂਡ ਗੋਲਡਨ ਪਿੰਕ ਐਂਡ ਵਾਈਟ ਇਹਦੇ ਵਿੱਚ ਤੁਹਾਨੂੰ ਨਾਇਲਨ ਦਾ ਕੰਡੇਦਾਰ ਕੰਘਾ ਵੀ ਮਿਲਦਾ ਜਿਹੜਾ ਕਿ ਬਹੁਤ ਸੌਫਟ ਆ ਇਹ ਹੀਟ ਨੂੰ ਇਕਲੀ ਡਿਸਟ੍ਰੀਬਿਊਟ ਕਰਦਾ ਜਿਹਦੇ ਨਾਲ ਤੁਸੀਂ ਆਪਣਾ ਸਟਾਈਲ ਵਧੀਆ ਕਰ ਸਕਦੇ ਹੋ ਸਟ੍ਰੇਟ ਵੀ ਕਰ ਸਕਦੇ ਹੋ ਤੇ ਕਰਲ ਵੀ ਕਰ ਸਕਦੇ ਹੋ ਇੱਕ ਇਹਦਾ ਹੋਰ ਫਾਇਦਾ ਵਾ ਇਟ ਐਡਸ ਵੋਲਿਊਮ ਟੂ ਯੋਰ ਹੇਅਰਸ ਇਹਦੇ ਵਿੱਚ ਤੁਹਾਨੂੰ ਆਇਓਨਿਕ ਟੈਕਨੋਲੋਜੀ ਵੀ ਮਿਲਦੀ ਆ ਜਿਹੜੀ ਕਿ ਆਪਣੇ ਫ੍ਰੀਜ਼ੀ ਹੇਅਰਸ ਨੂੰ ਰਿਡਿਊਸ ਕਰਦੇ ਹੋ ਜਿਵੇਂ ਤੁਸੀਂ ਦੇਖਦੇ ਹੋ ਮੇਰੇ ਬਾਲ ਖੜੇ ਖੜੇ ਨੇ ਜਦੋਂ ਨੂੰ ਮੈਂ ਯੂਜ਼ ਕਰੂੰਗੀ ਤੇ ਵਧੀਆ ਹੋ ਜਾਣਗੇ ਲਾਸਟ ਬਟ ਨੋਟ ਦੀ ਲੀਸਟ ਇਹਦੇ ਵਿੱਚ ਤੁਹਾਨੂੰ 360 ਵਾਇਰ ਵੀ ਮਿਲਦੇ ਜਿਹੜੀ ਕਿ ਚਾਰੇ ਪਾਸੇ ਨੂੰ ਘੁੰਮਦੀ ਆ ਜਦੋਂ ਵੀ ਤੁਸੀਂ ਇਦਾਂ ਕਰਕੇ ਸਟਾਈਲ ਵਗੈਰਾ ਕਰਨਾ ਇਹ ਬਹੁਤ ਈਜ਼ੀ ਰਹਿੰਦੀ ਆ ਤੇ ਜੇ ਤੁਸੀਂ ਇਹਨੂੰ ਬਾਏ ਕਰਨਾ ਲਿੰਕ ਨੀਚੇ ਡਿਸਕ੍ਰਿਪਸ਼ਨ ਚ ਹੈਗਾ ਲਿੰਕ ਤੇ ਕਲਿੱਕ ਕਰੋ ਤੇ ਬਾਏ ਕਰੋ ਬੰਦਿਆਂ ਨੂੰ ਬਸ ਇੱਕੋ ਹੀ ਟੈਨਸ਼ਨ ਹੁੰਦੀ ਆ ਦਾਰੂ ਕਿਹੜੀ ਕਰੀਏ ਜਾਂ ਦਾਰੂ ਕਿਹੜੀ ਹੋਊਗੀ ਓ ਤੂੰ ਤੁਰ ਜਾ ਤੁਰ ਜਾ ਹੁੰਦੀਆਂ ਨੇ ਇਹੀ ਇੱਕ ਪਵਨ ਹਾਂਜੀ ਕਿਉਂ ਖਾਣਾ ਕਿ ਪੀਣਾ ਮੰਨਿਆ ਤੇਰਾ ਗਲਾ ਖਰਾਬ ਆ ਇਹਨਾਂ ਆਪਦੇ ਜਾਣੀ ਤਾਂ ਫਿਰ ਇੱਕ ਚਮਚੀ ਪਾਇਆ ਸੀ ਉਹ ਗਰਮ ਕੀਤਾ ਨਾ ਉਹਦੇ ਕਰਕੇ ਬੰਦ ਹੋ ਗਿਆ ਔਖਾ ਬਈ ਆਪਣੇ ਘਰੇ ਇੱਥੇ ਇੰਨੇ ਘਰੀ ਧੁੱਪ ਆਉਂਦੀ ਆ ਸਾਰੇ ਇੱਥੇ ਆ ਕੇ ਬਹਿੰਦੇ ਆ ਅਸੀਂ ਵੀ ਤੇ ਮੱਖੀਆਂ ਵੀ ਮੱਖੀਆਂ ਵਾਲੀਆਂ ਦਾਦਾ ਅਮਾ ਜਦੋਂ ਤੁਸੀਂ ਹਰਮਨ ਦਾ ਵਿਆਹ ਕਰਿਆ ਸੀ ਤੁਹਾਨੂੰ ਸਭ ਤੋਂ ਵੱਡੀ ਟੈਨਸ਼ਨ ਕੀ ਸੀ ਸਭ ਤੋਂ ਵੱਡੀ ਟੈਨਸ਼ਨ ਵਿਆਹ ਕਰਦੇ ਸਮੇਂ ਮੇਰਾ ਕੀਤਾ ਜਾਂ ਹਰਮਨ ਦਾ ਕੀਤਾ ਕਾਦੀ ਹੁੰਦੀ ਹੈ ਬਸ ਸਾਰਾ ਕੁਝ ਹੋ ਜਵੇ ਵਧੀਆ ਕਿਸੇ ਵਧੀਆ ਆ ਜਵੇ ਹਾਂ ਠੀਕ ਹੈ ਵੀ ਠੀਕ ਠਾਕ ਹੀ ਹੁੰਦੀ ਆ ਹਾਂ ਵੀ ਸਾਰੀ ਜ਼ਿੰਮੇਵਾਰੀ ਆਏ ਆ ਵੀ ਉਹ ਕਰਨੀ ਆ ਨਿਬੜ ਜਵੇ ਸਾਰੇ ਤਰੀਕਾ ਪਹਾਣਾ ਪਤਾ ਕੀ ਚਾਹੁੰਦੇ ਸੀਗੇ ਵੀ ਮੰਮੀ ਕਹੇ ਵੀ ਹਾਂ ਮੈਂ ਕਿਹੜਾ ਸੂਟ ਪਾਵਾਂ ਨਹੀਂ ਮੰਮੀ ਥੋੜਾ ਸਿਆਣਿਆਂ ਚ ਆ ਜਾਂਦੀ ਮੰਮੀ ਤਾਂ ਮੈਂ ਤਾਂ ਨਿਆਣਿਆਂ ਦੀ ਗੱਲ ਕਰੀ ਸੀ ਤਾਂ ਕਿਉਂ ਰਣ ਸਿਰ ਮੰਮੀ ਨੇ ਫੋਨ ਇੱਥੇ ਰੱਖਿਆ ਹੋਇਆ ਫੋਨ ਵੱਜਦਾ ਸੀਗਾ ਮੈਂ ਕਿਹਾ ਮਾਸੀ ਦਾ ਹੀ ਹੋਣਾ ਕਾਹਨੂੰ ਚੱਕਣਾ ਮਾਸੀ ਦੇਖਦਾ
कुलदीप जदी मम्मी नूं फोन फड़ाया जदी फेर बच गया। पता नहीं सारा दिन की गल्लां करदियां रहिंदियां ने, सारा दिन 24-24 घंटे हैं। तेरी दादी मासी देखी जो तू रोटी खा कर बह के जानू तेरी दादी मासी का फोन आ जाए करना। डैडी थोड़े लिए एक सवाल है, जो तुसी हरमन दे विआह कीता या मेरा विआह कीता, चल हरमन दे विआह दी ला लो, थोनू सब तो बड़ी टेंशन की सी? हुण इहनां कह दिओ पैसे दी दारू दी कि बोर जा हो गया चला चला के। वो एक चिट्टे रंग की गड्डी आउंदी आ बाबा बड़ी आ कहिंदे, ऑटोमैटिक कहिंदे गियर पाउण दी भी लोड़ नहीं पैंदी, आप ही जांदी आ उह ਟੋਆ ਟਿੱਬੇ ਦਾ ਪਤਾ ਹੀ ਨਹੀਂ ਲੱਗਦਾ। ਪਹਿਲਾਂ ਪਿੰਡ ਮਕਾਨ ਬਣਾ ਲਾ ਫਿਰ। ਉਹ ਫਿਰ ਤਾਂ ਹੀ ਤਾਂ ਕਹਿਣਾ ਮਕਾਨ ਦੇ ਨਾਲ ਹੀ ਉਹਦੇ ਖੜਨ ਨੂੰ ਵੀ ਥਾਂ ਬਣਾ ਹੀ ਲਵਾਂਗੇ ਨਾ ਹੁਣੇ। ਕੋਈ ਨਹੀਂ ਬਾਅਦ ਚ ਮਹਿੰਗਾਈ ਆਪਣੇ ਬਹੁਤ ਜ਼ਿਆਦਾ ਹੋ ਗਈ। ਇੱਕ ਵਿਆਹ 'ਤੇ ਘੱਟੋ ਘੱਟ ਜਿਹੋ ਜਿਹੀਆਂ ਆਪਣੀਆਂ ਫੈਮਲੀਆਂ ਨੇ, ਮਤਲਬ ਮਿਡਲ ਕਲਾਸ ਫੈਮਲੀਸ, ਅਤੇ ਜਿਨ੍ਹਾਂ ਦੇ 600-700 ਬੰਦਾ ਜਾਂਦਾ ਹੋ ਜਾਂਦਾ, ਮਤਲਬ 600-700 ਬੰਦਾ ਮਤਲਬ ਪੈਲਸ 'ਤੇ ਇਕੱਠਾ ਦੋਨਾਂ ਘਰਾਂ ਦਾ ਲਾ ਕੇ ਮੁੰਡੇ ਅਤੇ ਕੁੜੀ ਵਾਲਿਆਂ ਦਾ 20-25 ਲੱਖ ਵਿਆਹੜੀ ਲੱਗ ਹੀ ਜਾਂਦਾ ਨਾ। ਮਾਮੂਲੀ ਜੀ ਗੱਲਾਂ ਲੱਗ ਜਾਂਦਾ ਲੱਗ ਜਾਂਦਾ। ਮੇਰਾ ਕਹਿਣਾ ਮਤਲਬ ਸੀਗਾ ਮਹਿੰਗਾਈ ਬਹੁਤ ਹੋ ਗਈ, ਪੈਲਸ ਵਾਹਿਗੁਰੂ ਜੀ ਕਰ ਦੋ। ਰਣਸ਼ੇਰ ਤੂੰ ਕਿੱਥੇ ਬੈਠਾ ਸੀਗਾ, ਤੂੰ ਕਿੱਥੇ ਬੈਠਾ ਸੀ? ਇਹ ਆ ਦਾਦੀ ਦੀ ਪੇਟੀ, ਦਾਦੀ ਨੇ ਪੇਟੀ ਪੂਰੀ ਸਾਂਭ ਕੇ ਰੱਖੀ ਹੋਈ ਆ, ਉਹਨੂੰ ਤਾਂ ਕਾਲੀ ਹੋਈ ਪਈ ਆ। ਮੈਂ ਕਦੋਂ ਉਧਰਲੇ ਘਰੇ ਪੇਟੀ ਲੈ ਕੇ ਜਾਵਾਂ, ਹਲੇ ਗੇਟ ਲੱਗੇ ਨੀ ਹੈਗੇ। देखो यारी दोस्ती किन्नी गूढ़ी है, गल्लां करदे आंदे आ थार पोवे पूरा। ਕਹਿੰਦੇ ਲਵਾਂਗੇ ਇੱਕ ਦਿਨ ਆਪਣੇ ਬਾਦਰਿਆਂ 'ਤੇ ਡਿਜ਼ਾਇਨ ਪਾਉਣ ਨੂੰ ਬਹੁਤ ਟਾਈਮ ਲੱਗ ਰਿਹਾ, ਬਾਕੀ ਪੂਰੀ ਲੁੱਕ ਦਾ ਤਾਂ ਪਤਾ ਲੱਗੂਗਾ ਜਦੋਂ ਪੂਰਾ ਰੈਡੀ ਹੋ ਗਿਆ। ਬਾਕੀ ਜੋ ਆਪਣੇ ਉੱਪਰਲੇ ਪੋਰਸ਼ਨ 'ਤੇ ਜਿਹੜਾ ਆਪਣਾ ਉੱਪਰਲਾ ਲੈਂਟਰ ਸੀਗਾ ਉਹ ਵੀ ਖੁੱਲ੍ਹ ਗਿਆ। ਹੁਣ ਮੈਨੂੰ ਲੱਗਦਾ ਹੋਰ 2-4 ਦਿਨ ਨੇ ਜਦੋਂ ਆਪਣੇ ਬਾਦਰਿਆਂ ਵਾਲਾ ਡਿਜ਼ਾਇਨ ਪੈ ਗਿਆ ਫਿਰ ਪਲਾਸਟਰ ਹੋਣਾ ਸ਼ੁਰੂ ਹੋ ਜਾਊ। ਜਿੱਦਣ ਦਾ ਸਾਈਕਲ ਲਿਆ ਅੱਜ ਦੇਖਿਆ ਮੈਂ ਤੈਨੂੰ ਸਾਈਕਲ 'ਤੇ, ਰੋਜ਼ ਚਲਾਉਣੀ ਆ ਹੁਣ ਜਿਵੇਂ ਜਿਵੇਂ ਲੋਹੜੀ ਨੇੜੇ ਆਉਂਦੀ ਜਾਊ ਪਤੰਗ ਵੱਧ ਜਾਣੇ ਆ। ਬਈ ਕੱਲ ਮੈਂ ਤੇ ਪਰਸੋਂ ਮੈਂ ਤੇ ਸਿਮ ਨੇ ਪਤੰਗ ਚੜਿਆ ਸੀ ਨਾ, ਸਿਮ ਕਿੰਨੇ ਵੱਡੇ ਸੀ ਨਾ ਆਪਾਂ, ਹੈ ਸੂਰਜ ਤਾਂ ਵੀ ਉੱਤੇ ਲੈ ਗਏ ਸੀ। ਗੱਪ ਮੈਨੂੰ ਪਤਾ ਸੀ ਤੁਸੀਂ ਇਹ ਮਾਰ ਸਕਦੇ ਹੋ, ਰਲ ਕੇ ਦੋਨੇ ਜਾਣੇ ਹੋਰ ਨਹੀਂ ਕੋਈ ਮਾਰ ਸਕਦਾ। ਹਾਂ ਉਹ ਸੱਚੀ
ਅਸੀਂ ਉੱਥੋਂ ਪਤੰਗ ਚੜਾਉਣਾ ਸ਼ੁਰੂ ਕੀਤਾ। ਐਂ ਸਾਰੇ ਪਿੰਡ ਦੇ ਪਤੰਗ ਵੱਢਦੇ 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 ਹੈਂ ਪਤੰਗ ਤਾਂ ਕੋਈ ਨਹੀਂ ਸੀ ਬਸ ਸਾਡੇ ਤੋਂ ਬਿਨਾਂ ਉਹ ਤੂੰ ਬੋਲ ਬੋਲ ਕੇ ਸਭ ਕੁਝ ਕੀਨੇ ਲਗਾ ਦੇ ਨਹੀਂ ਫਿਰ ਸਕੂਲ ਇੱਕ ਜਵਾਕ ਐਸੇ ਸਕੂਲੋਂ ਫਿਰ ਉਹਨਾਂ ਨੇ ਚੜਾਉਣ ਲੱਗ ਗਏ ਯਾਰ ਪਰ ਇਹ ਉਹ ਕੈਮਰਾ ਬੰਦ ਕਰੋ ਉਹਨਾਂ ਨੇ ਸੈਕਿੰਡ ਚਲਾਉਣਾ ਤੇ ਚਲ ਦੇਖਦੇ ਆ ਵੀ जी लग्या होया जदी कट लेना गड्डी च अपना फ्रेशनर लाया देखे किन्ना सोहना कहता सी ने चलो चलिए हुण आपां घर ओदो धुप कैड़ी हुंदी आ हुण धुप माध्यम जी हो गई हवा चलदी आ ठंड पूरी आ ਮੰਮੀ ਇੱਕ ਪੋਲੀ ਕੱਚ ਕਹਿੰਦੀ ਸੀ ਉਹ ਮੇਰਾ ਪਰੇ ਪਈ ਆ ਅੱਛਾ ਅੱਜ ਪਿੰਦਰ ਨੂੰ ਨਾ ਸਵੇਰ ਦੀ ਕਰੇਵਿੰਗ ਹੋ ਰਹੀ ਆ ਵੀ ਜਾਂਦੇ ਹੋਇਆਂ ਨੇ ਮੂੰਫਲੀ ਤੇ ਗੱਚਕ ਲੈ ਕੇ ਹੀ ਜਾਣੀ ਆ ਯਾਰ ਲੋੜੀ ਨੇੜੇ ਆ ਗਈ ਹਾਂ ਹੁਣ ਜਿਵੇਂ ਠੰਡ ਦੇ ਟਾਈਮ ਮੂੰਫਲੀ ਵਧੀਆ ਲੱਗਦੀ ਸਹੀ ਗੱਲ ਆ ਵਧੀਆ ਲੱਗਦੀ ਮੈਨੂੰ ਤਾਂ ਵੀ ਸਬਰ ਨਹੀਂ ਹੋ ਰਿਹਾ ਵੀ ਡੈਡੀ ਲੈ ਲੜਾ ਡੈਡੀ ਆ ਦੋ ਗੱਠਿਆਂ ਦਾ ਟੇਸਟ ਕਰ फिर मैं मूंगफली खाऊंगी फिर मेनू थोड़ी जी प्यास लगू फिर मैं पानी पीऊंगी होर गला दुखूगा मेरा मैं गचक खाऊंगी आई लव गचक पवन ते रणशेर तले थोड़ा टाइम गड्डी च बैठणगे कपड़े पाउण दा शौक तां हर किसे नूं हुंदा वा चाहे कुड़ी आ चाहे मुंडा वा जदों आपां नूं ऐ हुंदा वी अज अपने कपड़े वधिया पाए होए आ तां अपना सैल्फ कॉन्फिडेंस ना उपर लैवल ते रहिंदा वा हुण मैं ही बैठा सोच रहा कि पवन मैं बंद गला पावां अचकन पावां कोट पेंट पावां ਜਾਂ ਫਿਰ ਨਹਿਰੂ ਜੈਕਟ ਪਾਵਾਂ ਜਾਂ ਨਹਿਰੂ ਜੈਕਟ ਤਾਂ ਹੋ ਗਈ ਆਪਣੇ ਤਾਂ ਹੈਗੀ ਸੋਚ ਰਹੇ ਹਾਂ ਉਹ ਤਾਂ ਤੁਸੀਂ ਕਹਿੰਦੇ ਕੁੜੀਆਂ ਸੋਚਦੀਆਂ ਨੇ ਚਲ ਮੈਂ ਵੀ ਸੋਚ ਲਵਾਂ ਨਾ ਮੋਟਾ ਸੋਚਣ ਦਾ ਵਧੀਆ ਲੱਗਦਾ ਹੈ ਕੀ ਪਾਈਏ ਤੁਸੀਂ ਕਮੈਂਟ ਕਰਿਓ ਵੀ ਅੱਜ ਕੱਲ੍ਹ ਮੁੰਡੇ ਕੀ ਪਾਉਂਦੇ ਜਿਵੇਂ ਹੁਣ ਮੈਂ ਤਾਂ ਕੁੜੀ ਦੀ ਗੱਲ ਕੀਤੀ ਸੀ ਕਈ ਮੁੰਡੇ ਵੀ ਇੱਦਾਂ ਦੇ ਹੁੰਦੇ ਆ ਜਿਹਨਾਂ ਨੂੰ ਕੱਪੜੇ ਵਧੀਆ ਤੋਂ ਵਧੀਆ ਪਾਉਣ ਦਾ ਬਹੁਤ ਚਾਅ ਹੁੰਦਾ ਮੈਨੂੰ ਥੋੜ੍ਹਾ ਜਿਹਾ ਘੱਟ ਆ ਬਟ ਜਿਵੇਂ ਆਪਣੇ ਹਰਪਿੰਦਰੇ ਨੂੰ ਬਹੁਤ ਆ ਸਿਮਰ ਨੂੰ ਜਮਾਂ ਹੀ ਹੈ ਨਹੀਂ ਮੈਨੂੰ ਥੋੜ੍ਹਾ ਸਿਮਰ ਨਾਲੋਂ ਵੱਧ ਆ ਹਨੀਵੀਰੇ ਨੂੰ ਵੀ ਘੱਟ ਹੀ ਆ ਸਾਡੇ ਘਰ ਗੁਰਪਿੰਦਰੇ ਨੂੰ ਵੀ ਘੱਟ ਸਾਡੇ ਘਰ ਤਾਂ ਇੱਕੋ ਹੀ ਅਮ ਲੱਗਦਾ ਹਰਪਿੰਦਰੇ ਨੂੰ ਚਾਹ ਮਾੜਾ ਮੋਟਾ ਉਧਰ ਪੰਮੇ ਨੂੰ ਹੈਗਾ ਹਾਂ ਵਰਿੰਦਰ ਨੂੰ ਵੀ ਘੱਟ ਹੀ ਆ ਸਾਡੇ ਹਰਮਨ ਨੂੰ ਜਮਾਂ ਹੀ ਹੈ ਨੀ ਉਹ ਪਤੰਦਰ 12-15 ਸਾਲ ਪੁਰਾਣੇ ਕੱਪੜੇ ਚੱਕੀ ਫਿਰਦਾ ਲੈ ਵੀ ਪਰ ਮੁੰਡਿਆਂ ਦਾ ਹੁੰਦਾ ਮੁੰਡੇ 70-80% ਉਵੇਂ ਸਾਰ ਲੈਂਦੇ ਆ ਜਿਵੇਂ ਹੁਣ ਕਈ ਵਾਰੀ ਮੈਂ ਤਾਂ ਇਹ ਸੋਚਦਾ ਹੁੰਦਾ ਵਾਂ ਵੀ ਚੱਲ ਪੁਰਾਣੇ ਨਾਲ ਹੀ ਸਾਰ ਲਾਂ ਫਿਰ ਪਵਨ ਕਹਿੰਦੇ ਨਹੀਂ ਤੂੰ ਮੇਨ ਵਿਆਹ 'ਚ ਦਾ ਸੰਭਾਲਿਆ ਕਰ ਬਸ ਫਿਰ ਆਈ ਜਦੋਂ ਮੈਨੂੰ ਹੱਲਾ ਛਿੜ ਦਿੰਦਾ ਵਾ ਅੰਦਰੋਂ ਚੀਜ਼ਾਂ ਕਰਦਾ ਹੀ ਹੁੰਦਾ ਵਾ ਬਸ ਆਈ ਫਿਰ ਬੰਦਾ ਤੇ ਬਾਕੀ ਤੁਸੀਂ ਦੱਸਿਓ ਵੀ ਅਚਕਨ ਜਾਂ ਬੰਦ ਗਲਾ ਜਾਂ ਫਿਰ ਕੋਟ ਪੈਂਟ ਮੇਰੇ ਹਿਸਾਬ ਨਾਲ ਤਾਂ ਉਹ ਬੰਦ ਗਲੇ ਵਾਲਾ ਬੰਦ ਗਲੇ ਵਾਲਾ ਅਚਕਨ ਲੰਬੀ ਤਾਂ ਫਿਰ ਵਧੀਆ ਨਹੀਂ ਲੱਗਦੀ ਨਾ ਮੇਰੇ ਵਰਗੇ ਬੰਦੇ ਦੇ ਨਾ ਜਿਹਦਾ ਢੱਡਿਆ ਬਾਹਰ ਹੋਵੇ ਮੜਾ ਜਾ ਬੰਦ ਗਲੇ ਵਾਲਾ ਪਾ ਲਵੇ ਉਹ ਸੋਹਣਾ ਲੱਗਦਾ ਵਾ ਚਲੋ ਬਾਕੀ ਠੀਕ ਆ ਵੀ ਹੁਣ ਆਪਾਂ ਇਹ ਕਰਦੇ ਆ ਆਹ ਵਲੌਗ ਕਰਦੇ ਆ ਇੱਥੇ ਐਂਡ ਜੇ ਵਲੌਗ ਵਧੀਆ ਲੱਗਿਆ ਹੋਇਆ ਕਿਸੇ ਵੀ ਰੀਜ਼ਨ ਕਰਕੇ ਵਲੌਗ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਤੇ ਸੋਹਣਾ ਜਿਹਾ ਕਮੈਂਟ ਮੈਨੂੰ ਤਾਂ ਨਾ ਬਸ ਹੀ ਆ ਰਹੀ ਹੈ ਵੇਰਨ ਸ਼ੇਰ ਸੁੱਤਾ ਪਿਆ ਸੀ ਮੈਂ ਗੋਦੀ ਚੋਂਦੇ ਤੇ ਮੈਨੂੰ ਨੀਂਦ ਲੱਗੀ ਚੰਗਾ ਜੀ ਸਤਿ ਸ੍ਰੀ ਅਕਾਲ ਬਾਏ ਬਾਏ ਟਾਟਾ ਕਮੈਂਟ ਜ਼ਰੂਰ ਕਰਿਓ ਚੰਗਾ ਜੀ ਬਾਏ ਬਾਏ ਟਾਟਾ ਸਮਝਿਆ ਨੇਸਤੀ ਸਾਰੀ ਦਿਹਾੜੀ ਸੁੱਤੀ ਹੋਈ ਰਹਿੰਦੀ ਹੈ ਕੌਣ ਸੌਂਦਾ ਸੱਜੇ